ਪਿੰਡ ਲੂਲੋਏ ਵਿੱਚ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੀ ਹੋਈ ਮਨਦੀਪ ਕੌਰ ਸਰਪੰਚ, ਧਰਮਪਤਨੀ ਸ਼ਿਵਰਾਜ ਸਿੰਘ ਸਾਬਕਾ ਸਰਪੰਚ ਅਤੇ ਸਮੂਹ ਪੰਚਾਇਤ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਵਿੱਚ ਧੀਆਂ ਨੂੰ ਚਾਹ ਅਤੇ ਪਕੌੜਿਆਂ ਦੇ ਲੰਗਰ ਵੀ ਛਕਾਏ ਗਏ, ਜਿਸ ਵਿੱਚ ਉਚੇਚੇ ਤੌਰ 'ਤੇ ਬਾਦਲ ਪਰਿਵਾਰ ਵਿੱਚੋਂ ਬਾਬਾ ਜੀ ਅਤੇ ਪ੍ਰਕਾਸ਼ ਸਿੰਘ ਪੱਟੀ ਬਠਿੰਡਾ ਦਿਹਾਤੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਪਹੁੰਚੇ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਸੱਜਣ ਪਹੁੰਚੇ ਸਨ। ਆਓ ਦੇਖਦੇ ਹਾਂ ਬਿੰਦ ਸਿੰਘ ਲੂਲਬਾਈ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਟਾਈਮ ਅਸੀਂ ਪਿੰਡ ਲੂਲਬਾਈ ਦੇ ਵਿੱਚ ਪਹੁੰਚੇ ਸੀ CCP ਨਿਊਜ਼ ਚੈਨਲ ਵੱਲੋਂ, ਜਿਸ ਵਿੱਚ ਪਿੰਡ ਲੂਲਬਾਈ ਦੇ ਵਿੱਚ ਸਵਰਾਜ ਸਰਪੰਚ ਸਾਹਿਬ, ਉਹਨੇ ਧਰਮ ਪਤਨੀ ਬੀਬਾ ਮਨਦੀਪ ਕੌਰ ਜੀ, ਇਹਨਾਂ ਵੱਲੋਂ ਬੱਚੀਆਂ ਦੀ ਜਿਹੜੀ ਲੋਹੜੀ ਮਨਾਈ ਗਈ ਆ ਪਿੰਡ ਲੂਲਬਾਈ ਦੇ ਵਿੱਚ, ਅਤੇ ਬਹੁਤ ਹੀ ਬੱਚੀਆਂ ਆਈਆਂ, ਬੀਬੀਆਂ ਭੈਣਾਂ ਨੇ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਇਸ ਦੇ ਵਿੱਚ। ਹੁਣ ਬੀਬਾ ਮਨਦੀਪ ਕੌਰ ਨਾਲ ਗੱਲ ਕਰਦੇ ਵੀ ਆਪਾਂ ਨੂੰ ਕੀ ਵਧਾਈ ਦੇ ਇਹਨਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਅੱਜ ਆਪਣਾ ਪ੍ਰੋਗਰਾਮ ਕੀਤਾ ਗਿਆ ਇੱਥੇ, ਇਹ ਕਾਹਦੇ ਲਈ ਕਿਵੇਂ ਕੀਤਾ ਗਿਆ, ਤੁਹਾਡੀ ਕੀ ਮਨ 'ਚ ਲੱਗੀ? ਇਹ ਮੈਨੂੰ ਇਹੀ ਸੀਗਾ ਕਿ ਆਪਾਂ ਜਿਹੜੀਆਂ ਹੁਣ ਪੁੱਤਾਂ ਨੂੰ ਅੱਗਾ ਦਈਏ, ਕੁੜੀਆਂ ਨੂੰ ਵੀ ਦਈਏ, ਉਹਦੀ ਬਰਾਬਰੀ ਕਰੀਏ। ਜਿਵੇਂ ਪਹਿਲਾਂ ਆਪਾਂ ਕਹਿ ਦਿੰਦੇ ਸੀ ਪੁੱਤਰ ਮਿੱਥੜੇ ਮੇਵੇ ਰੱਬ ਸਭ ਨੂੰ ਦੇਵੇ, ਹੁਣ ਉਹ ਆਪਾਂ ਚੀਜ਼ ਨੂੰ ਛੱਡ ਕੇ ਕੁੜੀਆਂ ਨੂੰ ਵੀ ਉਹਨਾਂ ਦੇ ਬਰਾਬਰ ਕਰੀਏ। ਅਤੇ ਮੈਂ ਵੀ ਇੱਕ ਕਿਸੇ ਦੀ ਧੀ ਹਾਂ ਅਤੇ ਇਸ ਪਿੰਡ ਦੀ ਨੂੰਹ ਹਾਂ, ਮੈਨੂੰ ਵੀ ਆਇਆ ਕਿ ਜਿਵੇਂ ਮੈਂ ਇਸ ਪਿੰਡ ਦੀ ਸ਼ਾਨ ਵਧਾਈ ਹੈ ਅਤੇ ਅੱਗੇ ਜਾ ਕੇ ਮੇਰੇ ਪਿੰਡ ਦੀਆਂ ਇਹੀ ਧੀਆਂ ਹੋਰ ਪਿੰਡਾਂ ਦੀ ਸ਼ਾਨ ਵਧਾਉਣ ਅਤੇ ਉਵੇਂ ਹੀ ਸਾਰੇ ਚੰਗੇ ਕੰਮ ਕਰਨ ਜਿਵੇਂ ਕੁੜੀਆਂ ਅੱਗੇ ਕਰੀ ਜਾਂਦੀਆਂ। ਤੁਹਾਡੇ ਮਨ ਨੂੰ ਕਿੰਨੀ ਕੁ ਖੁਸ਼ੀ ਹੈ ਇਸ ਟਾਈਮ ਦੀ? ਮੇਰੇ ਮਨ ਨੂੰ ਅੱਜ ਬਹੁਤ ਖੁਸ਼ੀ ਹੈ ਕਿ ਜਿਨ੍ਹਾਂ ਨੇ ਸਰਪੰਚ ਸਾਹਿਬ ਨੇ ਅਤੇ ਮੇਰੀ ਸਮੂਹ ਪੰਚਾਇਤ ਨੇ, ਮੈਂਬਰਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਅਤੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਮੇਰਾ ਪੂਰਾ ਹਿੱਸਾ ਪਾਇਆ। ਠੀਕ, ਧੰਨਵਾਦ ਜੀ। We'll be right back.